ਕਮੈਂਟਾਂ ਦੀ ਗੱਲ ਤਾਂ ਆਪਾਂ ਸਾਰੀ ਕਰਾਂਗੇ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਲਾਸਟ ਦੇ ਵਿੱਚ ਸਾਰੇ ਕਮੈਂਟ ਪੜ੍ਹਦੇ ਹੁੰਨੇ ਆ ਤੇ ਤੁਹਾਡੇ ਸਾਰਿਆਂ ਦੇ ਨਾਮ ਆਪਾਂ ਲੈਣੇ ਹੁੰਨੇ ਸੀ ਤੇ ਗੱਡੀਆਂ ਦੀ ਗੱਲਬਾਤ ਵੀ ਆਪਾਂ ਪੂਰੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆਕਾਰ ਮਕਾਨ ਗੱਡੀ ਮੋਟਰਸਾਈਕਲ ਆਪਣਾ ਨੰਬਰ 7719445360 ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕਿਸੇ ਵੀ ਤਰ੍ਹਾਂ ਦੀ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਵੇਗੀ ਪਹਿਲੀ ਗੱਡੀ ਦੀ ਆਪਾਂ ਗੱਲ ਕਰੀਏ ਗੱਡੀਆਂ ਦੀ ਗੱਲ ਸ਼ੁਰੂ ਕਰਦਾ ਸਪਾਰਕ ਗੱਡੀ ਆਪਣੇ ਕੋਲੇ ਪਹੁੰਚੀ ਹੈ 2012 ਮਾਡਲ ਗੱਡੀ ਹੈ 85000 ਰੁਪਿਆ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਪਟਿਆਲੇ ਏਰੀਆ ਚੋਂ ਆਪਣੇ ਕੋਲੇ ਪਹੁੰਚੀ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਚਲਾਉਣ ਚ ਗੱਡੀ ਬਹੁਤ ਵਧੀਆ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆ ਵੀ ਤੁਸੀਂ ਜਾ ਕੇ ਦੇਖ ਸਕਦਾ ਹੋਂ ਸਿਰਫ 85000 ਰੁਪਿਆ ਡਿਮਾਂਡ ਹੈ ਲੈਸ ਬੱਸ ਹੋ ਜਾਊਗਾ ਜੇ ਕਿਸ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਸਿੱਧੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ ਨੰਬਰ ਹੈ 86993 388083 ਨੰਬਰ ਸੈਕੰਡ ਤੇ ਆਪਣੇ ਕੋਲੇ ਇੱਕ i20 ਸਪੋਰਟਸ ਮਾਡਲ ਪਹੁੰਚੀ ਆ ਗੱਡੀ ਸਿਲਵਰ ਰੰਗ ਦੇ ਵਿੱਚ ਹੈ ਤੇ ਗੱਡੀ ਕੁੱਲ 1 ਲੱਖ ਤੇ 10000 ਕਿਲੋਮੀਟਰ ਚੱਲੀ ਹੋਈ ਹੈ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਹੈ ਜੀ 310000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਭਗਤਾ ਭਾਈ ਕਾ ਮਾਲਕ ਦਾ ਏਰੀਆ ગામ ਗੱਡੀ ਚੌਥੇ ਉਨ ਰੈ ਜੀ ਗੱਡੀ ਦਾ ਰੇਟ ਤੁਹਾਨੂੰ ਪਤਾ ਲੱਗਿਆ ਹੋਊਗਾ ਸਕਰੀਨ ਤੇ ਆ ਗਿਆ ਹੋਊਗਾ 310000 ਰੁਪਿਆ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਗੱਡੀ ਦੇ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਚ ਕੋਈ ਨੁਕਸ ਨਹੀਂ ਗੱਡੀ ਚਲਾਉਣ ਚ ਪੂਰੀ ਵਧੀਆ ਤੇ ਦੇਖਣ ਦੇ ਵਿੱਚ ਪੂਰੀ ਸਾਫ ਪਈ ਹੈ ਜੀ ਸੋਹਣੀ ਗੱਡੀ ਹੈ ਖੜੀ ਵੀ ਸੋਹਣੀ ਲੱਗਦੀ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਕੋਈ ਗੱਲ ਕਰਨੀ ਹੋਵੇ ਕਰ ਲਿਓ 97 790 10 361 ਤੇ ਨੰਬਰ 3 ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ ਇੱਕ ਵੇਚਣੀ ਹੈ 85000 ਰੁਪਏ ਡਿਮਾਂਡ ਹੈ ਜੀ ਹਰਿਆਣਾ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਮਾਡਲ ਦੀ ਗੱਲ ਕਰੀਏ 2006 ਹੈ ਜੀ ਐਲ ਐਕਸ ਆਈ ਐਜੀ ਆਲਟੋ ਸਾਰੀ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਗੱਡੀ ਆਪਣੇ ਕੋਲੇ ਮਾਨਸਾ ਏਰੀਆ ਚ ਪਹੁੰਚੀ ਆ ਬਈ ਜਾ ਕੇ ਕਿਸੇ ਨੇ ਦੇਖਣੀ ਐ ਕਿਸੇ ਨੂੰ ਪਸੰਦ ਆ ਬਈ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਨਸਾ ਜਾ ਕੇ ਦੇਖ ਸਕਦੋਂ ਤੇ ਗੱਡੀ ਪੂਰੀ ਵਧੀਆ ਜੀ ਇੰਜਨ ਗੇਅਰ ਚ ਕੋਈ ਨੁਕਸ ਨਹੀਂ ਨਾ ਕੋਈ ਚਲਾਉਣ ਚ ਕਮੀ ਪੇਸੀ ਆ ਨਾ ਕੋਈ ਦੇਖਣ ਦੇ ਵਿੱਚ ਕੋਈ ਮਾਰੀ ਲੱਗਦੀ ਆ ਬਹੁਤ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਘਰ ਦੀ ਗੱਡੀ ਆ ਘਰੇਲੂ ਚੱਲੀ ਹੋਈ ਆ ਘਰੇ ਖੜੀ ਆ ਜੀ ਕੋਈ ਕਿਸੇ ਪਾਸੋਂ ਨਾ ਤਾਂ ਗਲੌਟ ਨਾ ਕੋਈ ਡੈਂਟ ਆ ਜੀ ਜਿਵੇਂ ਹੈਗੀ ਤੁਹਾਡੇ ਸਾਹਮਣੇ ਨੰਬਰ ਮਾਲਕ ਦਾ 62800 3576 850 ਹੁਣ ਆਪਾਂ ਗੱਲ ਕਰਾਂਗੇ ਸਪਲੈਂਡਰ ਮੋਟਰਸਾਈਕਲ ਦੀ 2017 ਮਾਡਲ ਆਪਣੇ ਕੋਲੇ ਮੋਟਰਸਾਈਕਲ ਆ ਪਹੁੰਚਿਆਗਾ ਰੇਟ ਸਿਰਫ 45000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆਗਾ ਗੁਰਦਾਸਪੁਰ ਮਾਲਕ ਦਾ ਏਰੀਆ ਕਿਸੇ ਨੇ ਜਾ ਕੇ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਗੁਰਦਾਸਪੁਰ ਮਾਲਕ ਦੇ ਘਰੇ ਤੁਹਾਨੂੰ ਮਿਲ ਜਾਊਗਾ ਨਵੇਂ ਟਾਇਰਾਂ ਚ ਕੰਡੀਸ਼ਨ ਆਲੂਕੇ ਸੀ ਜਿਵੇਂ ਕਿ ਆਪਾਂ ਸ਼ੋਰੂਮ ਚ ਕੜਬਾਉਨੇ ਆ ਓਮੇਦੀ ਕੰਡੀਸ਼ਨ ਪਈ ਆ ਕਿਉਂਕਿ ਮਾਲਕ ਨੇ ਬਹੁਤ ਜ਼ਿਆਦਾ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਗਾ ਤੇ ਜਾ ਕੇ ਕਿਸੇ ਨੇ ਚਲਾ ਕੇ ਦੇਖਣਾ ਤੁਸੀਂ ਚੈੱਕ ਕਰਨੇ ਕਾਗਜ਼ ਪੱਤਰ ਦੇਖਣੇ ਸਟਾਰਟ ਕਰਕੇ ਦੇਖਣੇ ਟ੍ਰਾਈ ਲੈਣੀ ਆ ਤਾਂ ਗੁਰਦਾਸਪੁਰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਹੈਗਾ ਸਕਰੀਨ ਤੇ ਦਿੱਤਾ ਹੋਇਆ 70874 4250 ਪੂਰਾ ਤੇ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਮੋਟਰਸਾਈਕਲਾਂ ਦੀ ਗੱਲ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਇੱਕ ਆਪਣੇ ਕੋਲੇ ਆਲਟੋ ਹੈ ਮਾਲਕ ਨੇ ਬਾਹਰ ਜਾਣੇ ਤਾਂ ਕਰਕੇ ਗੱਡੀ ਵੇਚਣੀ ਹੈ ਤੇ ਸਾਰੀ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਹੈ ਕਿਸੇ ਵੀ ਏਰੀਆ ਚ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਛੇਤੀ ਤੋਂ ਛੇਤੀ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਤੇ ਜਿੰਨੇ ਤੁਸੀਂ ਪਹੁੰਚੋ ਜੀ ਪਹਿਲੀ ਵਾਰ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਸੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲਿਆ ਹੋਊਗਾ ਜ਼ਰੂਰ ਦਬਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੋ ਜੇ ਤੁਸੀਂ ਆਇਓ ਜੀ ਪਹਿਲੀ ਵਾਰ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਮਸ਼ਿਨਰੀਆਂ ਦੇਖ ਰਹੇ ਹੋ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਆਪਣੇ ਚੈਨਲ ਤੇ ਵੀਡੀਓ ਹਰ ਰੋਜ਼ ਪਹੁੰਚਦੀ ਹੈ ਜੀ ਨਵੀਆਂ-ਨਵੀਆਂ ਮਸ਼ਿਨਰੀਆਂ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਹਾਡੇ ਕਮੈਂਟ ਵੀ ਪੜਾਂਗੇ ਤੁਸੀਂ ਜਿਹੜਾ ਕਮੈਂਟ ਕਰੋਗੇ ਕਮੈਂਟ ਵੀ ਨਾਲ ਦੀ ਨਾਲ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਕਰਦੋ ਤੇ نیچے ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ نیچے ਤੋਂ ਮਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਦਿਓ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਆਲਟੋ ਕੈਟਨ ਗੱਡੀ ਆਪਣੇ ਕੋਲੇ ਪਹੁੰਚੀ ਐ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਐ ਸੰਗਰੂਰ ਖੜੀ ਐ 2,58,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਮਾਲਕ ਬਾਹਰ ਚੱਲੇ ਨੇ ਤਾਂ ਕਰਕੇ ਗੱਡੀ ਵੇਚਣੀ ਐ ਤੇ ਛੇਤੀ ਇਹਨਾਂ ਨੇ ਗੱਡੀ ਵੇਚਣੀਆਂ ਜੀ ਗੱਡੀ ਦੀ ਕੰਡੀਸ਼ਨ ਆਲੋਕੀ ਐ ਸੰਗਰੂਰ ਖੜੀ ਐ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਗੱਡੀ ਐ ਕੰਡੀਸ਼ਨ ਆਲੋਕੀ ਐ 2,58,000 ਰੁਪਿਆ ਡਿਮਾਂਡ ਇੱਕ ਵਾਰੀ ਹੈਗੀ ਆ ਬਾਕੀ ਮੌਕੇ ਤੇ ਘਟਾਵਾ ਦਾ ਹੋ ਜਾਊਗਾ ਨੰਬਰ 92 ਦਾ 9768821000 ਪੂਰਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਐਲ ਐਕਸ ਗੱਡੀ ਪਹੁੰਚੀ ਆ 2004 ਮਾਡਲ ਐ ਸੀ ਕੁੱਲ 1,51,000 ਰੁਪਿਆ ਡਿਮਾਂਡ ਇਹਨਾਂ ਨੇ ਰੱਖੀ ਆ ਘਟਾਵਾ ਦਾ ਜ਼ਰੂਰ ਕੀਤਾ ਜਾਊਗਾ ਜੀ ਗੱਡੀ ਖੜੀ ਆ ਰਾਮਪੁਰਾ ਫੁੱਲ ਏਰੀਆ ਚ ਤੇ 6570 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੈ ਕੋਈ ਖਰੀਦਣਾ ਚਾਹੁੰਦਾ ਜੀ ਕੋਈ ਪਸੰਦ ਕਰਦਾ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੋਂ ਤੇ ਰਾਮਪੁਰਾ ਫੂਲ ਜਾ ਕੇ ਦੇਖ ਸਕਦੋਂ ਟ్రਾਈ ਲੈਣੀ ਕਿਸੇ ਨੇ ਟ్రਾਈ ਲੈ ਕੇ ਦੇਖ ਸਕਦੋਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ ਮਾਲਕ ਦਾ 920 6322224 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਬਾਕੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਾਂਗੇ ਸਾਰੀਆਂ ਮਸ਼ੀਨਰੀਆਂ ਤਾਂ ਆਪਾਂ ਦੇਖ ਲਈਆਂ ਤੇ ਜਿੰਨੇ ਕਮੈਂਟ ਪਹੁੰਚੇ ਆ ਤੁਹਾਨੂੰ ਮੈਂ ਦੱਸ ਦਿੰਨੇ ਤੇ ਤੁਹਾਡੇ ਸਾਰਿਆਂ ਦੇ ਨਾਮ ਆਪਾਂ ਲੈ ਦਿੰਨੇ ਆ ਜੀ ਤੁਸੀਂ ਕਹਿ ਨਹੀਂ ਹੁੰਦੇ ਵੀ ਸਾਡੇ ਨਾਮ ਵੀ ਲਾਜ਼ਮੀ ਲਿਆ ਕਰੋ ਸਭ ਤੋਂ ਪਹਿਲਾਂ ਆਪਣੇ ਕੋਲੇ ਜਸ ਦਿਉਲ ਦਾ ਆਪਣੇ ਕੋਲੇ ਕਮੈਂਟ ਪਹੁੰਚੇਗਾ ਬਾਈ ਨੇ ਕਿਹਾ ਬਹੁਤ ਵਧੀਆ ਵੀਰ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਜੀ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਬਹੁਤ ਚੰਗਾ ਲੱਗਿਆ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਇਨਾਂ ਦਾ ਕੋਈ ਨਾਮ ਤਾਂ ਰੱਖਿਆ ਨਹੀਂ ਹੋਇਆ ਜੀ ਇਹਨਾਂ ਨੇ Swift 14 15 ਮਾਡਲ ਪੈਟਰੋਲ ਗੱਡੀ ਵਾਸਤੇ ਆਖਿਆ ਗਿਆ ਤੇ ਕਿਹੜੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੀਏ ਤੁਸੀਂ ਦੱਸੋ ਜੀ ਅੱਗੇ ਆਪਣੇ ਕੋਲੇ 22H ਨਾਮ ਤੋਂ ਆਪਣੇ ਕੋਲੇ ਕਮੈਂਟ ਪਹੁੰਚੇਗਾ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਆਪਣੇ ਕੋਲੇ ਜਲਜੀਤ ਸਿੰਘ ਇਹ ਕਮੈਂਟ ਕਰਦੇ ਰਹਿੰਦੇ ਨੇ ਤੇ ਹਰ ਰੋਜ਼ ਹਰ ਵੀਡੀਓ ਤੇ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਇਹਨਾਂ ਨੇ ਕਿਹਾ ਵੀਡੀਓ ਬਹੁਤ ਵਧੀਆ ਹੈ ਤੁਹਾਡੇ ਸਾਧਕੇ ਸਾਰਾ ਕੁਝ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਸਪੋਰਟ ਕਰਦੇ ਹੋ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਹੀ ਆਪਾਂ ਚੱਲੀ ਜਾਂਦੇ ਹਾਂ ਜੀ ਤੁਹਾਡੇ ਸਾਧਕੇ ਅਸੀਂ ਤੇ ਤੁਸੀਂ ਬਹੁਤ ਚੰਗੇ ਹੋ ਜੀ ਸਾਰੇ ਤੇ ਬੱਸ ਸਪੋਰਟ ਕਰਦੇ ਰਿਹਾ ਕਰੋ ਤੇ ਆਪਾਂ ਇਸੇ ਤਰ੍ਹਾਂ ਤੁਹਾਡੇ ਖਾਤਰ ਨਵੀਆਂ ਮਸ਼ੀਨਰੀਆਂ ਨਵੀਆਂ ਕੋਠੀਆਂ ਘਰ ਮਕਾਨ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਬਾਕੀ ਅੱਜ ਜਿੰਨੇ ਵੀ ਕਮੈਂਟ ਤੁਸੀਂ ਕੀਤੇ ਸੀਗੇ ਤੇ ਜਿੰਨੇ ਕਾਪਾ ਕਮੈਂਟ ਪੜੇ ਬਹੁਤ ਚੰਗੇ ਲੱਗੇ ਬਾਕੀ ਜਿੰਨੇ ਦੇ ਕਮੈਂਟ ਰਹਿ ਗਏ ਜਿਨ੍ਹਾਂ ਜਿਨ੍ਹਾਂ ਦੇ ਕਮੈਂਟ ਆਈ ਹੈ ਜੀ ਜਿਨੇ ਕਮੈਂਟ ਆਈ ਹੈ ਆਪਾਂ ਕੱਲ ਵਾਲੀ ਵੀਡੀਓ ਚ ਪੜ ਦਾਂਗੇ ਤੇ ਬਾਕੀ ਜ਼ਿਆਦਾ ਲੰਮੀ ਵੀਡੀਓ ਹੋ ਜੂਗੀ ਤੇ ਜਿਨ੍ਹਾਂ ਦੇ ਕਮੈਂਟ ਪੜੇ ਨਹੀਂ ਗਏ ਮਾਫ ਕਰਿਓ ਜੀ ਪਰ ਆਪਾਂ ਕੱਲ ਨੂੰ ਲਾਜ਼ਮੀ ਪੜਾਂਗੇ ਜ਼ਰੂਰ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮਿਲਦੇ ਆਂ ਚાલਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਘਰ ਮਕਾਨ ਦੇ ਨਾਲ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸੇ